ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਕਰਨ ਮਾਡਲ ਮੇਕਰ ਚੈਨਲ 'ਤੇ। ਉਮੀਦ ਹੈ ਮੇਰੇ ਚੈਨਲ 'ਤੇ ਮੇਰੇ ਵੱਲੋਂ ਪਾਈਆਂ ਗਈਆਂ ਵੀਡੀਓ ਤੁਹਾਨੂੰ ਬਹੁਤ ਪਸੰਦ ਆ ਰਹੀਆਂ ਹੋਣਗੀਆਂ। ਸੋ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਸੋਨਾਲੀਕਾ 90। ਇਸ ਦੇ ਨਾਲ ਕਿ ਰੂਟਾਵੀਟਰ ਚਲਾ ਕੇ ਦੇਖਾਂਗੇ ਕੀ ਪਰਫੋਰਮੈਂਸ ਦਿੰਦਾ ਹੈ ਇਹ ਸੋਨਾਲੀਕਾ ਟਰੈਕਟਰ। ਦੂਸਰੇ ਜਿਹੜੇ ਵੀ ਮਾਡਲ ਬਣਾਏ ਨੇ ਉਹਨਾਂ ਵਿੱਚ ਸਭ ਤੋਂ ਵੱਧ ਪਾਵਰਫੁੱਲ ਹੈ। ਇਸ ਦੇ ਹਿਸਾਬ ਨਾਲ ਰੂਟਾਵੀਟਰ ਤਾਂ ਛੋਟਾ ਹੈ, ਬਟ ਹੁਣ ਆਪਣੇ ਕੋਲ ਫਿਲਹਾਲ ਇਹੀ ਇੰਪਲੀਮੈਂਟ ਹੈ। ਇਸ ਤੋਂ ਬਾਅਦ ਆਪਾਂ ਇਸ ਦੇ ਪਿੱਛੇ ਜੋ ਵੱਡੀਆਂ ਪਾਵਰ ਵਾਲੀਆਂ ਤਵੀਆਂ ਹੈ ਜੋ ਸਪੈਸ਼ਲ ਇਸ ਦੇ ਲਈ ਬਣਾਈਆਂ, ਉਹਨਾਂ ਦੀ ਵੀਡੀਓ ਵੀ ਜਲਦੀ ਬਣਾ ਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਤੁਸੀਂ ਇਹ ਵੀਡੀਓ ਦੇਖਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਪਹਿਲਾਂ ਇਸ ਟਰੈਕਟਰ ਦੀ ਸਪੀਡ ਥੋੜ੍ਹੀ ਘੱਟ ਸੀ, ਹੁਣ ਇਸਦੀ ਸਪੀਡ ਵੀ ਥੋੜ੍ਹੀ ਵਧਾਈ ਹੈ। ਇਸ ਦੇ ਵਿੱਚ ਰਿਵਰਸ ਪੀਟੀਓ ਦੋਨੋਂ ਸਾਈਡ ਲਿਫਟ ਅਪ ਸਾਈਡ ਵੀ ਕੰਮ ਕਰਦੇ ਅਤੇ ਡਾਊਨ ਸਾਈਡ ਵੀ। ਸਿੰਗਲ ਸਿੰਗਲ ਬ੍ਰੇਕ, ਪਾਵਰ ਸਟੀਅਰਿੰਗ, ਪਿੱਛੇ ਔਗਜ਼ਿਲਰੀ ਵਾਲਵ, ਇਸ ਲਗਭਗ ਸਾਰੀਆਂ ਹੀ ਸਹੂਲਤਾਂ ਜੋ ਫੀਚਰ ਨੇ ਉਹ ਪਾਏ ਗਏ ਨੇ ਜਿੱਦਾਂ ਕਿ ਇੱਕ ਅਸਲ ਟਰੈਕਟਰ ਦੇ ਵਿੱਚ ਹੁੰਦੇ ਨੇ। ਇਸ ਟਰੈਕਟਰ ਦੀ ਸਪੀਡ ਥੋੜ੍ਹੀ ਜ਼ਿਆਦਾ ਹੋਣ ਦੇ ਕਰਕੇ ਰੂਟਾਵੀਟਰ ਦੇ ਪਿੱਛੋਂ ਸਫਾਈ ਉਨੀ ਨਹੀਂ ਆਉਂਦੀ। ਤੁਹਾਨੂੰ ਹੌਲੀ ਹੌਲੀ ਇਸ ਚੈਨਲ 'ਤੇ ਹੋਰ ਵੀ ਟਰੈਕਟਰਾਂ ਦੇ ਵੀਡੀਓ ਦੇਖਣ ਨੂੰ ਮਿਲਣਗੀਆਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਰੂਟਾਵੀਟਰ ਦੀ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਜਿਸ ਦੇ ਵਿੱਚ ਰੂਟਾਵੀਟਰ ਦੀ ਡਿਟੇਲ ਦੱਸੀ ਸੀਗੀ। ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਛੋਟੇ ਛੋਟੇ ਬਲੇਡ ਲਾਏ ਨੇ ਜਿਹੜੇ ਕਿ ਮਿੱਟੀ ਨੂੰ ਬਰੀਕ ਕਰ ਦਿੰਦੇ ਨੇ ਜਿੱਦਾਂ ਕਿ ਇੱਕ ਅਸਲ ਰੂਟਾਵੀਟਰ ਦੇ ਵਿੱਚ ਹੁੰਦਾ ਹੈ। ਰੂਟਾਵੀਟਰ ਦੀ ਸਾਈਡ ਦੇ ਵਿੱਚ ਗੇਅਰਬੋਕਸ ਹੈ ਜਿਹਦੇ ਵਿੱਚ 3 ਗਰਾਰੀਆਂ ਨੇ। ਤੁਸੀਂ ਇਸ ਦੇ ਖੁੱਲ੍ਹੇ ਹੋਏ ਦੀ ਵੀਡੀਓ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਜੋ ਕਿ ਪਹਿਲਾਂ ਪਾਈ ਸੀਗੀ। ਹੁਣ ਆਪਾਂ ਟਰੈਕਟਰ ਦੀ ਲਿਫਟ ਚੱਕ ਕੇ ਤੁਹਾਨੂੰ ਦਿਖਾਉਂਦੇ ਹਾਂ ਕਿੰਨੀ ਡੂੰਘਾਈ ਦੇ ਵਿੱਚ ਇਹ ਲੱਗਦਾ ਹੈ। ਤੁਸੀਂ ਦੇਖ ਸਕਦੇ ਹੋ ਇਸ ਨੇ ਮਿੱਟੀ ਨੂੰ ਕਾਫੀ ਬਰੀਕ ਕਰ ਦਿੱਤਾ। ਸੋ ਤੁਹਾਡਾ ਸਭ ਦਾ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ।